और आगे जी पीछे ਇੱਧਰੋਂ ਸ਼ਾਮ ਨੂੰ ਵਾਪਸ ਜਾਣਾ ਠੀਕ ਆ ਕੋਈ ਨਹੀਂ ਜਾਂਦਾ ਹੈਗਾ ਨਾ ਜਾਂਦੇ ਪਤਾ ਕੀ ਪੁੜ ਦੇ ਪੁੱਜੀ ਲੱਗ ਜਾਂਦੇ ਨੇ ਬੜੀ ਪ੍ਰੋਬਲਮ ਆ ਜਦਕਿ ਜਿੰਨੇ ਵੀ ਹੈਗੇ ਗੱਡੀ ਬੱਸਾਂ ਨੇ ਉਹ ਸਾਰਿਆਂ ਨੂੰ ਉਹ ਜਿਹੜਾ ਆਪਣਾ ਮੇਨ ਅੱਡਾ ਹੈਗਾ ਨੀਲੋ ਵਾਲਾ ਥੱਲੇ ਪੁੜ ਦੇ ਥੱਲੇ ਜੀ ਆਉਣਾ ਪੜਦਾ ਜੀ ਐਮ ਸਾਹਿਬ ਵਾਲੀ ਮੇਰੀ ਗੱਲ ਹੋਈ ਆ ਉਹ ਸਾਰੇ ਕਹਿੰਦੇ ਵੀ ਹੇਠਾਂ ਜੀ ਆਉਣੀਆਂ ਚਾਹੀਦੀਆਂ ਨੇ ਠੀਕ ਆ ਵੈਸੇ ਇੱਥੋਂ ਜੇ ਚੜੋਗੇ ਤਾਂ ਤੁਸੀਂ ਆਪਣੇ ਵੱਲੋਂ ਪਰਸਨਲੀ ਕਹਿ ਦਿਓ ਠੀਕ ਆ ਹਰ ਇੱਕ ਬੱਸ ਕਮ ਸੇ ਕਮ ਸਵੇਰ ਦੇ 2 ਘੰਟੇ ਉਦੋਂ ਸ਼ਾਮ ਦੇ 2 ਘੰਟੇ ਦਿਨ ਜਿਵੇਂ ਮਰਜ਼ੀ ਜਿੰਨੇ ਕਮ ਸੇ ਕਮ ਜਿਹੜੀ ਸਵੇਰ ਵਾਲੀ ਸਵਾਰੀ ਤੁਹਾਨੂੰ ਪਤਾ ਹੀ ਹੈ ਵੀਰੇ ਬੜਾ ਮੁਸ਼ਕਲ ਹੈ ਜਦੋਂ ਆਪਣੀ ਗੱਡੀ ਜਾਂਦੀ ਹੈ ਸਾਡੇ ਲੁਧਿਆਣੇ ਗੱਡੀਆਂ ਨੇ ਥੱਲੇ ਜੀ ਭੇਜਦੇ ਆ ਦੋ ਗੱਡੀਆਂ ਛੱਡ ਕੇ ਤੀਜੀ ਗੱਡੀ ਜਾਂਦੀ ਹੈ ਚੌਥੀ ਥੱਲੇ ਜੀ ਭੇਜਦੇ ਜਿਹੜੀ ਰੋਡਵੇਜ਼ ਦੀ ਗੱਡੀ ਆ ਇਹ ਰੋਡਵੇਜ਼ ਦੀ ਰੋਡਵੇਜ਼ ਨਹੀਂ ਜਾਂਦੀ ਸਾਰੀ ਆ ਜਾਂਦੀ ਹੈ ਗੱਡੀ ਹੁੰਦੀ ਹੈ 5 ਮਿੰਟ ਪਹਿਲਾਂ ਰੋਡਵੇਜ਼ ਦਾ ਜੇ ਕੋਈ ਪਤਾ ਨਵਾਂ ਨੁੱਕਰ ਕਰੂਗਾ ਨਾ ਸ਼ਾਮ ਨੂੰ ਜਿੰਨੀਆਂ ਵੀ ਰੋਡਵੇਜ਼ ਦੀਆਂ ਬੱਸਾਂ ਨੇ ਮੈਂ ਜੀਐਮ ਦਾ ਸਾਹਿਬ ਨਾਲ ਗੱਲ ਕੀਤੀ ਜੇ ਪਾਉ ਤੁਹਾਨੂੰ ਨੰਬਰ ਦੇ ਦੂੰਗਾ ਉਹ ਕਹਿੰਦੇ ਹਰ ਇੱਕ ਰੋਡਵੇਜ਼ ਦੀ ਬੱਸ ਥੱਲੇ ਜੀ ਹੋ ਕੇ ਜਾਵੇ ਤੇ ਥੱਲੇ ਜੀ ਆਵੇ ਜਵਾਬ ਦਊਗਾ ਨਾ ਆਪ ਸੁਣਿਓ ਨਾ ਨਾਲ ਹੀ ਨਾ ਸਵਾਰੀਆਂ ਤੇ ਹੋਰ ਡਿਊਟੀ ਦਾ ਲਵਾ ਲਿਓ ਤੇ ਸ਼ਾਮ ਨੂੰ ਅੱਜ 2-3 ਦਿਨ ਤਾਂ ਕੱਢ ਕੇ ਡਿਊਟੀ ਦੇਣੀ ਹੈ 4-5 ਦਿਨ ਚ ਆਪੇ ਹੱਥ ਪੈਣ ਜਾਣੀ ਹੈ 4-5 ਦਿਨ ਦੀ ਕਰਾਉਣੀ ਹੈ 4-5 ਦਿਨ ਤੋਂ ਬਾਅਦ ਸਭ ਕੁਝ ਰੋਟ ਆ ਜਾਣਾ ਜਬਰਦਸਤੀ ਚੜਾਇਓ ਉਹਦੇ ਵਿੱਚ ਗੱਲ ਕਰਿਓ ਨੋਰਮਲੀ ਜੇ ਤੁਹਾਨੂੰ ਲੱਗਦਾ ਕਿ ਕੋਈ ਹੋਰ ਆ ਲੱਭ ਲਓ ਫਿਰ ਸਿਬਰਾਲੀ ਜੀ ਆਉਣ ਦੀ ਲੋੜ ਨਹੀਂ ਕਿਸੇ ਪਾਸੇ ਜਿੱਥੇ ਮਰਜ਼ੀ ਜਾਓ ਜੇ ਜਾਣਾ ਤਾਂ ਆਉਣਾ ਤਾਂ ਤੁਹਾਨੂੰ ਨੀਲੋ ਚ ਹੀ ਹੋ ਕੇ ਜਾਣਾ ਪੈਣਾ ਸਵਾਰੀਆਂ ਲਾਉਣੀਆਂ ਪੈਣੀਆਂ ਠੀਕ ਨੀ ਬੜਾ ਪੂਰੇ ਉਹਦੇ ਨਾਲ ਕੈੜੇ ਹੋ ਗਏ ਠੀਕ ਆ ਤੇ ਦੂਜੀ ਗੱਲ ਹੈਗੀ ਜੇ ਡੀਐਮ ਸਾਹਿਬ ਨੇ ਸਾਡੀ ਗੱਲ ਹੋਈ ਆ ਲੋਕੀ ਪਕਾਉਣੀ ਨਿਸ਼ਾਨ ਦਾ ਟਾਈਮ ਆ ਉਹ ਤਾਂ ਦਿਨ ਵੀ ਲੱਗ ਜਾਂਦਾ।